ਆ ਨਾ ਸੰਗਤ ਜੀ, ਤੁਹਾਨੂੰ ਪੂਰੀ ਵੀਡੀਓ ਤਾਂ ਮੈਂ ਵਿਸਥਾਰ ਨਾਲ ਕਈ ਘੰਟਿਆਂ ਦੀ ਹੈ, ਕੱਲੂ ਕਰ ਦੂੰ। ਹੁਣ ਹਨੇਰਾ ਵੀ ਹੋ ਗਿਆ, ਇੱਕ ਨੈੱਟ ਨਹੀਂ ਪ੍ਰੋਪਰ ਚੱਲ ਰਿਹਾ ਸੀਗਾ, ਆ ਵੀ ਹੁਣ ਕਿਸੇ ਤਰੀਕੇ ਵੀਡੀਓ ਪਾ ਰਹੇ ਹਾਂ ਆਪਾਂ, ਅਤੇ ਇੱਥੇ ਤੁਸੀਂ ਦੇਖਿਓ ਵੀ ਕਿੰਨਾ ਝੂਠ ਚੱਲ ਰਿਹਾ ਅਤੇ ਕਿੰਨਾ ਧੱਕੇਸ਼ਾਹੀ ਹੋ ਰਹੀ ਆ। ਇਹ ਜਿਹੜਾ ਕੈਮਰਾ ਹਿੱਲਦਾ, ਅਤੇ ਇਹ ਹਿੱਲਣ ਦਾ ਕਾਰਨ ਇਹ ਆ ਵੀ ਸਾਡੇ ਕੋਲ ਆ ਕੇ ਡਿੱਗਦੇ ਸੀਗੇ, ਅਸੀਂ ਮੀਡੀਆ ਦੀ ਤਰਫੋਂ ਇੱਥੇ ਰੋਲ ਨਿਭਾ ਰਹੇ ਸੀਗੇ, ਬਿਲਕੁਲ ਨਿਰਪੱਖ ਅਤੇ ਸੱਚ ਵਾਲਾ ਕੰਮ ਕਰ ਰਹੇ ਸੀਗੇ ਇੱਥੇ ਅਸੀਂ। ਆ ਤੁਹਾਨੂੰ ਨਾਲ ਦੀ ਨਾਲ ਦਿਖਾਈ ਜਾਣਾ ਆਪਾਂ ਇੱਥੇ ਕਿੰਨਾ ਝੂਠ ਚੱਲ ਰਿਹਾ ਹੈਗਾ, ਅਤੇ ਵੀਡੀਓ ਕੱਟ ਕੇ ਮੈਂ ਵਿੱਚ ਦੁਬਾਰਾ ਵੀ ਲਾ ਦੂੰਗਾ ਜਿੱਥੇ ਉਹ ਬੋਲ ਰਹੇ ਨੇ ਵੀ ਤੁਸੀਂ ਹਥਿਆਰਾਂ ਨਾਲ ਸਾਡੇ 'ਤੇ। ਇਹ ਉੱਧਰਲੇ ਪਾਸੇ ਜਿਹੜੀ ਹਰਿਆਣੇ ਦੀ ਪੁਲਿਸ ਖੜ੍ਹੀ ਆ ਨਾ, ਇਹ ਉਹ ਕਹਿ ਰਹੀ ਆ ਵੀ ਹਾਂ ਤੁਸੀਂ ਇਹਨਾਂ ਨੂੰ, ਕਿਸਾਨਾਂ ਨੂੰ ਜਿੰਨੇ ਵੀ ਇੱਥੇ ਖੜ੍ਹੇ ਸੀ, ਵੀ ਹਾਂ ਤੁਸੀਂ ਸਾਡੇ 'ਤੇ ਹਥਿਆਰਾਂ ਨਾਲ ਹਮਲਾ ਕਰ ਰਹੇ ਹੋ, ਅਤੇ ਇਹ ਆਪਦੇ ਅੱਖੀਂ ਦੇਖ ਲਓ ਇਹ ਸਾਰੀ ਗੱਲਬਾਤ ਵੀ ਇਹ ਕੀ ਆ, ਕੀ ਸੱਚਾਈ ਕੀ ਆ। ਉਹ ਜਾਣ ਕੇ ਨਾ ਬੋਲ ਰਹੇ ਸੀਗੇ ਵੀ ਤੁਸੀਂ ਸਾਡੇ 'ਤੇ ਹਥਿਆਰਾਂ ਨਾਲ ਹਮਲਾ ਕਰਦੇ ਹੋ, ਵੀ ਸਾਨੂੰ ਗਲਤ ਨਾ ਬੋਲੋ। ਗਲਤ ਕੋਈ ਨਹੀਂ ਬੋਲਦਾ ਸੀ ਉੱਥੇ, ਸਿਰਫ ਇੱਕ ਦੋ ਕੁ ਪੱਗਾਂ ਵਾਲਿਆਂ ਨੂੰ, ਪੁਲਿਸ ਵਾਲਿਆਂ ਨੂੰ ਆਮ ਇੱਧਰਲੇ ਲੋਕ ਕਹਿ ਰਹੇ ਸੀਗੇ ਵੀ ਤੁਸੀਂ ਵੀ ਪੱਗਾਂ ਬੰਨੀਆਂ, ਤੁਸੀਂ ਕੁਛ ਸੋਚ ਵਿਚਾਰ ਲਓ, ਤੁਸੀਂ ਕਿਹੜੇ ਹੌਸਲੇ ਇੱਧਰ ਜਾ ਕੇ ਸਾਡੇ ਵਿਰੋਧ 'ਚ ਖੜ੍ਹੇ ਹੋ। ਇਹ ਉਹ ਇਹ ਗੱਲਾਂ ਕਹਿ ਰਹੇ ਸੀ ਜਿਹਨੂੰ ਉਹ ਕਹਿ ਰਿਹਾ ਹੈਗਾ ਵੀ ਹਾਂ ਤੂੰ ਸਾਡੇ ਮੁਲਾਜ਼ਮ ਨੂੰ ਗਲਤ ਨਾ ਬੋਲ, ਕੋਈ ਬੋਲਦਾ ਹੋਊਗਾ ਮਾੜਾ ਮੋਟਾ, ਚਲੋ ਇੰਨਾ ਕੁ ਤਾਂ ਚੱਲਦੀ ਆ। ਹੁਣ ਇੱਥੇ ਤੁਸੀਂ ਵਿੱਚ ਵਿੱਚ ਦੇਖ ਲਿਓ ਜਿੱਥੇ ਉਹ ਕਹਿੰਦੇ ਨੇ ਵੀ ਤੂੰ, ਉਹ ਖੜਕਾ ਕਰਦਾ ਨਾ ਉਹ ਬੰਦਾ ਸਾਹਮਣੇ, ਮਾੜਾ ਜਿਹਾ ਚਾਹੇ ਪਿੱਛੇ ਕਰਕੇ ਦੇਖ ਲਿਓ, ਉਹ ਸੰਗਲ ਜੇ ਦਾ ਖੜਕਾ ਕਰ ਰਿਹਾ ਉਹ, ਮਤਲਬ ਆਮ ਮੀਡੀਆ 'ਚ ਜਿਹੜੀ ਨੈਸ਼ਨਲ ਮੀਡੀਆ ਉਹਨੂੰ ਲੱਗੇ ਵੀ ਹਾਂ, ਜਾਂ ਵੀਡੀਓ ਦੇਖਣ ਵਾਲਿਆਂ ਨੂੰ ਲੱਗੇ ਵੀ ਤੁਸੀਂ ਸਾਡੇ 'ਤੇ ਮਤਲਬ ਧੱਕਾ ਕਰ ਰਹੇ ਹੋ। ਆ ਵਿੱਚ ਮੈਂ ਚੁੱਪ ਵੀ ਕਰੂੰਗਾ ਅਤੇ ਤੁਸੀਂ ਉਹ ਸਾਹਮਣੇ ਜਿੱਥੇ ਮੈਂ ਜ਼ੂਮ ਕਰੂੰਗਾ ਨਾ ਕੈਮਰਾ, ਉੱਥੇ ਦੇਖਿਓ ਉਹਨਾਂ ਦਾ ਪੁਲਿਸ ਵਾਲਾ ਕਿਵੇਂ ਉਹ ਸੰਗਲ ਜਿਹਾ ਖੜਕਾਉਂਦਾ ਗਾ। ਉਹ ਇੱਧਰ ਦੂਜਿਆਂ ਨੂੰ ਐਂ ਲੱਗਦਾ ਦੇਖਣ ਨੂੰ, ਜਾਂ ਆਮ ਸੁਣਨ ਵਾਲੇ ਨੂੰ, ਜਾਂ ਵੀਡੀਓ 'ਚ ਐਂ ਲੱਗੂਗਾ ਲੋਕਾਂ ਨੂੰ ਵੀ ਹਾਂ ਇਹ ਕਿਸਾਨ ਤੋੜ ਰਹੇ ਨੇ। ਉਹ ਸਾਹਮਣੇ ਦੇਖਿਓ, ਮੈਂ ਕਰਦਾ ਦੇਖੀ ਜਾਇਓ ਤੁਸੀਂ, ਅਤੇ ਮੈਂ ਚੁੱਪ ਵੀ ਕਰੂੰਗਾ, ਗੱਲਾਂ ਵੀ ਸੁਣੇ ਉਹਨੇ। ਉਹ ਦੇਖੋ ਹਿਲਾਉਂਦਾ, ਮਜ਼ਬੂਰ ਮਤ ਕਰੋ, ਮਜ਼ਬੂਤ ਮਤ ਕਰੋ, ਆਪਕੇ ਖਿਲਾਫ ਸਖ਼ਤ ਕਾਰਵਾਈ ਕੀ ਜਾਏਗੀ। ਆਪ ਬਾਰ ਬਾਰ ਜੋ ਨੇ ਹਮਾਰੇ ਉੱਪਰ ਵਾਰ ਕਰ ਰਹੇ ਹੈ, ਆਪ ਬਾਰ ਬਾਰ ਜੋ ਨੇ ਹਮਾਰੇ ਉੱਪਰ ਵਾਰ ਕਰ ਰਹੇ ਹੈ। ਅਤੇ ਉਹ ਧਮਕੀਆਂ ਦੇ ਰਿਹਾ ਹੈਗਾ, ਦੇਖ ਲਓ ਤੁਸੀਂ, ਹੈ ਨਾ ਵੀ ਹਾਂ ਤੁਸੀਂ ਇਹ ਤੋੜ ਰਹੇ ਹੋ ਨਾਲੇ। ਅਤੇ ਇਹ ਵੀਡੀਓ ਪਾਉਣ ਦਾ ਪਿੱਛੇ ਇਹ ਵੀ ਆ ਗੱਲ ਵੀ ਬਾਈ ਆਪਣੇ ਚੈਨਲ ਵੀ ਡਿਲੀਟ ਹੋ ਸਕਦੇ ਆ, ਤੁਸੀਂ ਚਾਹੇ ਡਾਊਨਲੋਡ ਕਰਕੇ ਰੱਖ ਲਿਓ, ਕੋਈ ਚੱਕਰ ਨਹੀਂ ਹੈ ਬਾਈ। ਪੰਜਾਬ ਵਾਸਤੇ ਇਹੋ ਜਿਹੇ ਚੈਨਲ ਆਪਾਂ ਹਜ਼ਾਰਾਂ ਬਣਾ ਲਾਂਗੇ, ਕੋਈ ਚੱਕਰ ਨਹੀਂ ਹੈ। ਹੁਣ ਤੁਸੀਂ ਆਪ ਸੁਣੀ ਆ ਉਹਦੀ ਗੱਲ ਵੀ ਤੁਸੀਂ ਸਾਡੇ 'ਤੇ ਵਾਰ ਕਰ ਰਹੇ ਹੋ, ਤੁਸੀਂ ਇੱਥੇ ਦੇਖ ਲਓ ਵੀ ਕੌਣ ਬੰਦਾ ਕਿਹਦੇ 'ਤੇ ਵਾਰ ਕਰ ਰਿਹਾ। ਬਾਕੀ ਆ ਬਾਈਆਂ ਦੀ ਗੱਲ ਆਪ ਸੁਣ ਲਿਓ, ਤੁਹਾਨੂੰ ਦੱਸ ਦੇਣਗੇ ਹਥਿਆਰ ਜਿਹੜੇ ਕਹਿੰਦੇ ਨੇ ਤੁਹਾਡੇ ਹੱਥਾਂ 'ਚ ਹਥਿਆਰ ਆ ਤਾਂ ਤੁਸੀਂ ਆਪਦੀ ਅੱਖਾਂ ਨਾਲ ਦੇਖ ਲਓ। ਇਹ ਨੈਸ਼ਨਲ ਮੀਡੀਆ ਨੇ ਜਾਂ ਕਿਸੇ ਹੋਰ ਨੇ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਨਹੀਂ ਹੈਗੀਆਂ, ਠੀਕ ਆ। ਹਥਿਆਰ ਦੇਖ ਲਿਓ ਕਿਹਨਾਂ ਦੇ ਹੱਥਾਂ 'ਚ ਹਥਿਆਰ ਨੇ। ਰਣਜੀਤ ਹੋਰ ਰਣਜੀਤ ਜੱਥੇ ਵਾਲੇ ਸਾਰੇ
ਜੀ ਆਪ ਇਹ ਭਾਈ ਆਪ ਕੋ ਕਿਤਨੀ ਵਾਰ ਕਰਾ ਫਿਰ ਕਿਉਂ ਤੋੜ ਰਹੇ ਹੋ ਜਿਹੜੇ ਆਪ ਫਿਰ ਕਹਿ ਰਹੇ ਹੋ ਮੈਂ ਫਿਰ ਸਾਹਿਬ ਕੇ ਉੱਪਰ ਭਾਈ ਕਾਨੂੰਨ ਆਸਮੈ ਨਾਲੇ ਬਹੁਤ ਬਾਰ ਬੋਲ ਚੁੱਕੇ ਹੈ ਮਜ਼ਬੂਰ ਮਤ ਕਰੋ ਮਜ਼ਬੂਤ ਮਤ ਕਰੋ ਆਪਕੇ ਖਿਲਾਫ ਸਖਤ ਕਾਰਵਾਈ ਕੀ ਜਾਏਗੀ ਆਪ ਬਾਰ ਬਾਰ ਜੋ ਨੇ ਹਮਾਰੇ ਉੱਪਰ ਵਾਰ ਕਰ ਰਹੇ ਹੈ ਆਪ ਬਾਰ ਬਾਰ ਜੋ ਨੇ ਹਮਾਰੇ ਉੱਪਰ ਵਾਰ ਕਰ ਰਹੇ ਹੈ ਦਿਖਾਈ ਹਥਿਆਰ ਹਥਿਆਰ ਦਿਖਾਈ ਆਹ ਹਥਿਆਰ ਨੇ ਝੂਠ ਬੋਲੀ ਜਾਂਦੀ ਹਰਿਆਣੇ ਦੀ ਪੁਲਿਸ ਝੂਠ ਹਥਿਆਰ ਲੋਕਤੰਤਰ ਬਚਾਉਣ ਦਾ ਇਹ ਹਥਿਆਰ ਆ ਝੰਡਾ ਜਿਹੜਾ ਜੇ ਲੋਕਤੰਤਰ ਇਹਨਾਂ ਨੇ ਕਿਤੇ ਸ਼ਰਮ ਲਾ ਲਈ ਹੋਵੇ ਸਾਰਾ ਵੇਚ ਕੇ ਖਾ ਲਿਆ ਹੋਵੇ ਤਾਨਾਸ਼ਾਹੀ ਕਾਇਮ ਕਰਨਾ ਚਾਹੁੰਦੀ ਸਰਕਾਰ ਤੇ ਆ ਝੰਡੇ ਦੇ ਡੰਡੇ ਵਾਲਾ ਹਥਿਆਰ ਹੈ ਜਿਹੜਾ ਇੱਥੋਂ ਡਰ ਰਹੀ ਆ ਸੋਚੋ ਤਾਨਾਸ਼ਾਹ ਦੀਆਂ ਲੱਤਾਂ ਕੰਬ ਰਹੀਆਂ ਆ ਇਹਨਾਂ ਝੰਡੇ ਦੇ ਡੰਡੇ ਤੋਂ ਇਹਨੂੰ ਹਥਿਆਰ ਦੱਸ ਰਹੇ ਆ ਖਾਲੀ ਹੱਥਾਂ ਨੂੰ ਹਥਿਆਰ ਦੱਸ ਰਹੀ ਆ ਸਰਕਾਰ ਭਾਈ ਵਾਹ ਜੀ ਵਾਹ ਤੇ ਆ ਵੇਖਿਆ ਕਹਿੰਦੇ ਤੁਸੀਂ ਪੁਲਿਸ ਤੇ ਹਮਲਾ ਕਰ ਰਹੇ ਜੇ ਪਰ ਤੁਸੀਂ ਬੈਰੀਕੇਡ ਲਾਏ ਤੁਸੀਂ ਜਾਲੀਆਂ ਲਾਈਆਂ ਲੋਹੇ ਦੀਆਂ ਅਗਲੇ ਬੰਨੇ ਨੂੰ ਥੱਲੇ ਵੇਖੋ ਕੰਡੇ ਬੀਜੇ ਤੁਸੀਂ ਲੋਹੇ ਦੇ ਕੰਡੇ ਬੀਜੇ ਤੇ ਹਥਿਆਰ ਤੁਸੀਂ ਚਲਾਓ ਅਥਰੂ ਗੈਸ ਤੁਸੀਂ ਚਲਾਓ ਸਾਡੇ ਦੇ ਕਲਸਟਰ ਬੰਬ ਤੇ ਤੁਸੀਂ ਪੀਪਰ ਸਪਰੇਅ ਚਲਾਓ ਤੇ ਸਾਨੂੰ ਕਹੋ ਕੇ ਅਸੀਂ ਹਮਲਾ ਕਰ ਰਹੇ ਹਾਂ ਵਾਹ ਜੀ ਵਾਹ ਆਹ ਦੇਖੋ ਆਹ ਜਿਹੜਾ ਦੇਖੋ ਜਿਹੜਾ ਇਹਨਾਂ ਦਾ ਭਾਈ ਸਾਰੇ ਸਾਡੇ ਬਜ਼ੁਰਗਾਂ ਦੇਖ ਲਓ ਕੋਈ ਵੀ ਬੰਦਾ ਰਿਹਾ ਬਜ਼ੁਰਗਾਂ ਸਾਰੇ ਸਾਰੇ ਸਾਡੇ ਬਜ਼ੁਰਗ ਹੈ ਕੋਈ ਤੁਹਾਨੂੰ ਕਹਿੰਦਾ ਨੀ ਵੀ ਜਿਹੜਾ ਮੱਛੀ ਵਾਲਾ ਕੋਈ ਸਾਰਾ ਕੁਛ ਮੈਂ ਵੀ ਕਿਸਾਨ ਕਾ ਬੇਟਾ ਗੁਲਾਮੀ ਕਰਨ ਵਾਲ ਤੋਂ ਨੀ ਕੋਈ ਹੁੰਦਾ ਕਿਸੇ ਦਾ ਬਿੱਲਾ ਲੱਗਾ ਹੋਵੇ ਕੋਈ ਫਰਕ ਨੀ ਪੈਂਦਾ ਆਪ ਦੇ ਕਿਸਾਨ ਨੂੰ ਜਿਹੜੇ ਕਿਸਾਨ ਨੂੰ ਦੇ ਕੇ ਗੱਲ ਨਿਕਲ ਆਉਂਦੇ
ਦਿਖਾਈ ਦੇ ਇੱਕ ਕੋਈ ਬੜੇ ਹਥਿਆਰ ਦਾ ਨਾਮ ਬੈਠਣਾ ਥੋੜਾ ਬੈਠਣੇ ਕੇ ਲਈ ਸੰਗਤ ਜੀ ਆਹ ਬਹੁਤ ਮੁਸ਼ਕਲ ਨਾਲ ਮੈਂ ਹੁਣ ਰਾਤ ਨੂੰ 10:30-11 ਵਜੇ ਵੀਡੀਓ ਅਪਲੋਡ ਕਰ ਰਿਹਾ ਗਾ ਅਤੇ ਬਾਕੀ ਦੂਜੇ ਪਾਰਟ ਕੱਲ੍ਹ ਨੂੰ ਸਵੇਰੇ ਆ ਜਾਣਗੇ ਜੀ ਸਾਰੇ ਜਿੰਨੇ ਵੀ ਇਹ ਪੂਰੇ ਵਿਸਥਾਰ ਨਾਲ ਦੇਖ ਲਿਓ ਤੁਸੀਂ ਵੀ ਕਿੰਨਾ ਨਿਹੱਥਿਆਂ 'ਤੇ ਵਾਰ ਕਿਵੇਂ ਹੁੰਦਾ ਹੈਗਾ ਇਹ ਆਮ ਨੈਸ਼ਨਲ ਮੀਡੀਆ 'ਤੇ ਤਾਂ ਬਣ ਆਉਣੀ ਨਹੀਂ ਹੈਗੀ ਖਬਰ ਇਹ ਕਦੇ ਵੀ ਇਹ ਵਿਚਲੀ ਜਿਹੜੀ ਅਸਲੀ ਰਿਪੋਰਟ ਆ ਅਤੇ ਤੁਹਾਡੇ ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੀ।